ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨ ਲੋਹਾ। ਦੈਨਿਕ ਸਵੇਰਾ ਦੀ ਇਹ ਸਪੈਸ਼ਲ ਰਿਪੋਰਟ ਹੈ, ਦੈਨਿਕ ਸਵੇਰਾ ਦੀ ਐਕਸਕਲੂਸਿਵ ਰਿਪੋਰਟਿੰਗ ਹੈ। ਤੁਹਾਨੂੰ ਸਾਰਾ ਕੁਝ ਦੱਸ ਦਿੰਦੇ ਹਾਂ ਵੀ ਕਿਸ ਤਰ੍ਹਾਂ ਇਹ ਫਾਇਰਿੰਗ ਹੋਈ, ਕਿਸ ਤਰ੍ਹਾਂ ਇਹ ਫਾਇਰਿੰਗ ਕੀਤੀ ਗਈ, ਘਰ ਦੇ ਅੰਦਰ ਵੜ ਕੇ ਤੱਕ ਫਾਇਰਿੰਗ ਕੀਤੀ ਗਈ ਹੈ। ਦੈਨਿਕ ਸਵੇਰਾ ਤੁਹਾਨੂੰ ਲਗਾਤਾਰ ਇਹ ਐਕਸਕਲੂਸਿਵ ਰਿਪੋਰਟ ਆਪਣੀ ਦੱਸ ਰਿਹਾ ਹੈ। ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਦੇ ਹਾਂ, ਵੀਡੀਓ ਵੀ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਤੁਹਾਨੂੰ ਉਹ ਘਰ ਵੀ ਦਿਖਾਵਾਂਗੇ ਵੀ ਕਿਹੜੇ ਘਰ ਵਿੱਚ ਕਿਸ ਤਰ੍ਹਾਂ। ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਂਗੇ ਔਰ ਬਿਜਲੀ ਕੇ ਮਾਮਲੇ ਮੇਂ ਪੰਜਾਬ ਕੋ ਸਰਪਲਸ ਬਣਾਏਂਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੀ, ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਿਉਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ, ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ 'ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ, ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦਊਂਗਾ। ਫਾਇਰਿੰਗ ਕੀਤੀ ਗਈ ਹੈ ਅਤੇ ਗੱਡੀ ਫੋਰਚੂਨਰ ਘਰ ਦੇ ਅੰਦਰ ਖੜੀ ਸੀਗੀ ਅਤੇ ਅੰਦਰ ਵੜ ਕੇ ਸ਼ੂਟਰਾਂ ਨੇ ਇਹ ਜਿਹੜੀ ਫਾਇਰਿੰਗ ਕੀਤੀ ਹੈ। ਚੰਡੀਗੜ੍ਹ ਸ਼ਹਿਰ ਇੱਕ ਵਾਰ ਫਿਰ ਦਹਿਸ਼ਤ ਵਿੱਚ ਹੈ ਅਤੇ ਤੁਹਾਨੂੰ ਦੱਸ ਦਿੰਦੇ ਹਾਂ, ਚੰਡੀਗੜ੍ਹ ਦਾ ਸੈਕਟਰ 5 ਜਿਹੜਾ ਕਿ ਪੋਸ਼ ਏਰੀਆ ਦੱਸਿਆ ਜਾਂਦਾ ਹੈ, ਸੈਕਟਰ 5 ਦੇ ਮਕਾਨ ਨੰਬਰ 71 ਜਿਹੜੇ ਹੈ ਕਿ ਇੱਥੇ ਬਿਜ਼ਨਸਮੈਨ ਰਹਿੰਦੇ ਆ ਕੁਲਦੀਪ ਸਿੰਘ ਮੱਕੜ, ਇਹਨਾਂ ਦੇ ਕੱਲ੍ਹ ਤੜਕੇ 4 ਵਜੇ ਦੇ ਕਰੀਬ ਦੋ ਸ਼ੂਟਰ ਘਰ ਦੇ ਅੰਦਰ ਵੜ ਕੇ ਇਹਨਾਂ ਦੀ ਫੋਰਚੂਨਰ ਅਤੇ ਦੋ ਫਾਇਰ ਕਾਰ ਉੱਥੋਂ ਦੀ ਫਰਾਰ ਹੋ ਜਾਂਦੇ ਆ। ਇਹ ਪੋਸ਼ ਏਰੀਆ ਦੱਸਿਆ ਜਾ ਰਿਹਾ ਹੈ ਅਤੇ ਚੰਡੀਗੜ੍ਹ ਪੁਲਿਸ ਦੇ DGP ਸਾਹਿਬ ਪਰਵੀਰ ਰੰਜਨ ਜੀ ਵੀ ਇੱਥੇ ਰਹਿੰਦੇ ਆ, ਕੁਛ ਹੀ ਦੂਰੀ 'ਤੇ ਉਹਨਾਂ ਦਾ ਘਰ ਹੈ ਅਤੇ ਤੁਹਾਨੂੰ ਦੱਸ ਦਈਏ ਕੱਲ੍ਹ ਤੜਕੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਅਤੇ ਲਗਾਤਾਰ ਇਹਦੇ ਵਿੱਚ ਸਾਡੇ ਵੱਲੋਂ ਪੁਲਿਸ ਨਾਲ ਗੱਲ ਕੀਤੀ ਜਾ ਰਹੀ ਹੈ, ਲੇਕਿਨ ਪੁਲਿਸ ਇਸ ਘਟਨਾ ਬਾਰੇ ਕੁਛ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਰਹੀ ਹੈ। ਲੇਕਿਨ ਦੈਨਿਕ ਸਵੇਰਾ ਦੇ ਤੇਜ਼ ਤਰਾਰ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਕਿ ਵੀ ਸੈਕਟਰ 5 ਦੇ ਪੋਸ਼ ਏਰੀਆ 'ਚ ਘਰ ਦੇ ਅੰਦਰ ਵੜ ਕੇ ਦੋ ਸ਼ੂਟਰਾਂ ਵੱਲੋਂ ਕੱਲ੍ਹ ਤੜਕੇ ਸਵੇਰੇ 4 ਵਜੇ ਫੋਰਚੂਨਰ ਗੱਡੀ 'ਤੇ ਦੋ ਫਾਇਰ ਕੀਤੇ ਜਾਂਦੇ ਨੇ ਅਤੇ ਉਸ ਤੋਂ ਬਾਅਦ ਉਹ ਦੋਨੋਂ ਸ਼ੂਟਰ ਫਰਾਰ ਹੋ ਜਾਂਦੇ ਨੇ। ਹਾਲਾਂਕਿ ਪੁਲਿਸ ਨੇ ਆਸ ਪਾਸ ਦੇ CCTV ਕੈਮਰੇ ਵੀ ਖੰਗਾਲੇ, ਲੇਕਿਨ ਜ਼ਿਆਦਾ ਧੁੰਦ ਹੋਣ ਦੇ ਕਾਰਨ, ਜ਼ਿਆਦਾ ਠੰਡ ਹੋਣ ਦੇ ਕਾਰਨ ਪੁਲਿਸ ਨੂੰ ਉਸ ਫੁਟੇਜ 'ਚ ਕੁਛ ਸਾਫ਼ ਤੌਰ 'ਤੇ ਨਜ਼ਰ ਨਹੀਂ ਆ ਰਿਹਾ। ਅਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ, ਕੁਲਦੀਪ ਸਿੰਘ ਮੱਕੜ ਦੇ ਘਰ ਅੱਜ ਸਵੇਰ ਤੋਂ ਹੀ ਕੈਮਰੇ ਲਗਾਏ ਜਾ ਰਹੇ ਨੇ ਅਤੇ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਚੰਡੀਗੜ੍ਹ ਦੀ ਸੈਕਟਰ 3 ਥਾਣਾ ਪੁਲਿਸ ਨੇ ਉਹਨਾਂ ਦੇ ਘਰ ਦੇ ਬਾਹਰ ਬੈਰੀਗੇਡਿੰਗ ਵੀ ਕਰਵਾ ਦਿੱਤੀ ਹੈ, ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸਿਕਿਉਰਿਟੀ ਮੁਹੱਈਆ ਕਰਾਈ ਗਈ ਹੈ। ਲੇਕਿਨ ਪੁਲਿਸ ਸਾਫ਼ ਤੌਰ ਤੋਂ ਇਨਕਾਰ ਕਰ ਰਹੀ ਹੈ ਵੀ ਉੱਥੇ ਫਾਇਰਿੰਗ ਹੋਈ ਹੀ ਨਹੀਂ ਹੈ। ਲੇਕਿਨ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਕੁਛ ਗੈਂਗਸਟਰਾਂ ਵੱਲੋਂ ਇਹਨਾਂ ਨੂੰ ਫਰੋਤੀ ਲਈ ਧਮਕੀ ਮਿਲੀ ਸੀ, ਧਮਕੀ ਦਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਉਸਨੂੰ ਇਗਨੋਰ ਕੀਤਾ ਅਤੇ ਜਿਸ ਕਰਕੇ ਇਹਨਾਂ ਦੇ ਘਰ ਫਾਇਰਿੰਗ ਹੋਈ ਹੈ। ਹਾਲਾਂਕਿ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਦੱਸਿਆ ਜਾ ਰਿਹਾ, ਸਿਰਫ ਇਹਨਾਂ ਦੀ ਫੋਰਚੂਨਰ ਗੱਡੀ 'ਚ ਦੋ ਫਾਇਰ ਹੋਏ ਹੈ। ਅਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ, ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਵੀ ਇਹ ਗੈਂਗਸਟਰ ਜਿਹੜਾ ਹੈ ਕਿ ਕਨਾਡਾ ਬੈਠਾ ਗੋਲਡੀ ਬਰਾੜ ਜਿਹੜਾ ਹੈ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਵੀ ਇਹ ਮਾਸਟਰਮਾਈਂਡ ਹੈ ਅਤੇ ਇਹਦੇ ਗੁਰਗਿਆਂ ਵੱਲੋਂ ਇਹਨਾਂ ਨੂੰ ਧਮਕੀ ਦਿੱਤੀ ਗਈ ਸੀ ਫਰੋਤੀ ਵੱਲੋਂ, ਜਿਹਦਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਅਤੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਗੋਲਡੀ ਬਰਾੜ ਨੇ ਹੀ ਧਮਕੀ ਦਿੱਤੀ ਹੈ, ਲੇਕਿਨ ਸੂਤਰਾਂ ਦੇ ਵੱਲੋਂ ਖਬਰ ਆ ਰਹੀ ਹੈ ਕਿ ਵੀ ਇਹ ਗੋਲਡੀ ਬਰਾੜ ਦੇ ਗੁਰਗੇ ਸੀ ਜਿਹੜੇ ਫਰੋਤੀ ਲਈ ਇਹਨਾਂ ਨੂੰ ਧਮਕੀ ਦੇ ਰਹੇ ਸੀਗੇ, ਧਮਕੀ ਨੂੰ ਇਹਨਾਂ ਨੇ ਇਗਨੋਰ ਕੀਤਾ ਅਤੇ ਕੱਲ੍ਹ ਤੜਕੇ ਸਵੇਰੇ 4 ਵਜੇ ਇਹਨਾਂ ਦੇ ਘਰ ਫਾਇਰਿੰਗ ਕੀਤੀ ਜਾਂਦੀ ਹੈ। ਦੋਨਾਂ ਸ਼ੂਟਰਾਂ ਦੀ ਪੁਲਿਸ ਤਲਾਸ਼ ਕਰ ਰਹੀ ਹੈ, ਲੇਕਿਨ ਪੁਲਿਸ ਵੱਲੋਂ ਸਾਫ਼ ਸ਼ਬਦਾਂ 'ਤੇ ਇਹ ਕਿਹਾ ਜਾ ਰਿਹਾ ਹੈ ਕਿ ਉੱਥੇ ਫਾਇਰਿੰਗ ਹੋਈ ਨਹੀਂ ਹੈ। ਸ਼ੂਟਰਾਂ ਵੱਲੋਂ ਜਿਹੜੀ ਕਿ ਫਾਇਰਿੰਗ ਕੀਤੀ ਗਈ ਸੀ ਸੈਕਟਰ 5 ਦੇ ਪੋਸ਼ ਏਰੀਏ 'ਚ, ਤੁਹਾਨੂੰ ਦੱਸਦੇ ਹਾਂ ਇਹ ਕਾਲੇ ਰੰਗ ਦੀ ਫੋਰਚੂਨਰ ਗੱਡੀ ਸੀਗੀ। ਇਹ ਗੱਡੀ ਦਾ ਨੰਬਰ ਹੈਗਾ CH01CF1313। ਇਹ ਗੱਡੀ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਈ ਹੈ। ਇਸ ਟਾਈਮ ਇਹ ਗੱਡੀ ਸੈਕਟਰ 3 ਥਾਣਾ ਦੇ ਵਿੱਚ ਖੜੀ ਹੈ, ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਦੇ ਹਾਂ ਕਿ ਇਹ ਗੱਡੀ ਇਸ ਟਾਈਮ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਕੇ ਸੈਕਟਰ 3 ਥਾਣੇ ਦੇ ਵਿੱਚ ਖੜੀ ਕਰ ਲਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਵੀ ਇਹ ਜਿਹੜੀ ਗੱਡੀ ਹੈ, ਜਿਹੜੀ ਸ਼ੂਟਰਾਂ ਨੇ ਜਦੋਂ ਦੋ ਫਾਇਰ ਕੀਤੇ ਅਤੇ ਗੱਡੀ ਦੇ ਖੱਬੇ ਪਾਸੇ ਜਿਹੜਾ ਸ਼ੀਸ਼ਾ ਲੱਗਿਆ ਹੋਇਆ ਉਹਦੇ 'ਤੇ ਇਹ ਦੋ ਫਾਇਰ ਲੱਗੇ ਹੈ। ਤੁਹਾਨੂੰ ਲਗਾਤਾਰ ਦੱਸ ਦਈਏ, ਸ਼ਹਿਰ 'ਚ ਪੂਰਾ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ ਇਸ ਫਾਇਰਿੰਗ ਨੂੰ ਲੈ ਕੇ, ਅਤੇ ਗੈਂਗਸਟਰ ਲਗਾਤਾਰ ਲੋਕਾਂ 'ਚ ਆਪਣੀ ਦਹਿਸ਼ਤ ਹੋਰ ਫੈਲਾ ਰਹੇ ਹੈ। ਚੰਡੀਗੜ੍ਹ ਤੋਂ ਅਮਨ ਲੂਣਾ ਦੀ ਰਿਪੋਰਟ।